ਗਾਂ ਦੇ ਥੱਲੇ 10 ਵਾਰੀ ਵੀ ਕੋਈ ਭਰਾ ਪਏਗਾ ਤੇ ਗਾਂ ਲੱਤ ਨਹੀਂ ਪੁੱਟਣ ਲੱਗੀ, ਤੇ ਜੇ ਗਾਂ ਭਰਾਵਾਂ ਨੂੰ ਦੂਜੀਆਂ ਪਸੰਦ ਆਉਣੀਆਂ ਨੇ ਨਹੀਂ ਆਉਣੀਆਂ, ਇਹ ਗਾਂ ਪਸੰਦ ਹੈ ਤੇ ਭਰਾ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨ। ਵੇਖੋ ਹਾਂ ਨਸਲ, ਵੇਖੋ ਖੁਰਲੀ ਚ ਮਾਰੋ ਪਹਾੜਾ ਛੱਡਦੇ ਪਾਇਆ ਕੇ ਵੇਖੋ ਜਰਾ, ਵੇਖੋ ਹਾਂ ਇਹ ਚੈੱਕ ਕਰ ਲੋ ਜੀ ਖੁਰਲੀ ਹਾਲੀ ਤਕਰੀਬਨ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਇਹ ਵੇਖਾਂਗੜ ਅਸਲੀ ਤੇ ਨਸਲੀ ਹੁੰਦੀਆਂ ਜੇ ਜ਼ਿੰਦਾਬਾਦ ਖਾਂਗੜ ਅਸਲੀ ਤੇ ਨਸਲੀ, ਨਾ ਪਹਾੜਾ ਪਾਉਣ ਦੀ ਜ਼ਰੂਰਤ ਹੈ ਨਾ ਵੰਗਾ ਲਾਉਣ ਦੀ ਜ਼ਰੂਰਤ ਹੈ ਮਾਸ਼ਾਅੱਲਾ ਜੀ, ਨਾਲੇ ਪਸਮਿਤ ਨਹੀਂ ਹੈ ਕੋਈ, ਬਿਲਕੁਲ ਡੱਕੀ ਡੁੱਕੀ ਕੋਈ ਨਹੀਂ ਹੈ, ਆ ਸਵੇਰ 5 ਵਿੱਚ ਆਈ ਹੋਈ ਹੈ, ਕੋਈ ਡੱਕੀ ਜੱਕੀ ਨਹੀਂ, ਇੱਕ ਮਿੰਟ ਹੀ ਬਣਾ ਪਸਮ ਆਣੀ ਹੈ ਸਜਣੋ ਤੇ ਬੈਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਚ ਜੁਮੇਰਾਤ ਦਾ, ਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਨਾਮਵਰ ਬ੍ਰਾਂਡ ਵਪਾਰੀ ਤੇ ਸ਼ੇਰੇ ਪੰਜਾਬ ਆਸਮ ਡੋਗਰ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ, ਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਕੇ ਦੋਸਤਾਂ ਵਾਸਤੇ 6 ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਜਾਨਵਰ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 24-25 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ, ਇਸ ਤੋਂ ਇਲਾਵਾ ਇੱਕ ਟਾਪ ਕਲਾਸ ਅਸਲੀ ਤੇ ਨਸਲੀ ਖਾਂਗੜ ਗਾਂ ਦਾ ਵੀ ਸ਼ੋਅ ਕਰਵਾਵਾਂ ਦੇ, ਕਮ ਅਜ਼ ਕਮ ਕੀਮਤ ਹੈ ਜੀ 60,000, ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ ਡੋਗਰ ਸਾਹਿਬ ਆਓ ਜੀ ਸਭ ਨੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਜ਼, ਕੀ ਹਾਲ ਚਾਲ ਜੀ? ਅੱਲਾ ਪਾਕ ਦਾ ਬੜਾ ਸ਼ੁਕਰ ਹੈ ਜੀ, ਜ਼ਿਆਦਾ ਕਰਮ ਹੈ ਡੋਗਰ ਸਾਹਿਬ, ਤੁਸੀਂ ਸੁਣਾਓ ਠੀਕ ਹੋ, ਸਭ ਹੈਰੀਅਤ ਹੈ ਜੀ? ਅਲਹਮਦੁਲਿਲਾ ਮਾਸ਼ਾਅੱਲਾ ਜੀ, ਸਿਲਸਿਲਾਵਾਰ ਵੀਡੀਓ ਵੇ ਸ਼ੋਅ ਕੱਚਾ ਕਰਵਾਉਂਦੇ ਹੋ, ਕੁਆਲਿਟੀ ਮਿਆਰ ਤੇ ਕੰਪਰੋਮਾਈਜ਼ ਨਹੀਂ ਕਰਦੇ ਦੋਸਤ, ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ, ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਸੀ ਲਸਕਾ ਜ਼ਿਲ੍ਹਾ ਸਿਆਲਕੋਟ ਹੈ, ਗਾਉਂ ਪੀਰੋ ਚੱਕ ਕੇ, ਫੇਰ ਵੀ ਅਗਰ ਕੋਈ ਦੋਸਤ ਆਉਣਾ ਚਾਹੇ ਸਕਰੀਨ ਦੇ ਉੱਤੇ ਰਾਬਤਾ ਨੰਬਰ ਨੇ, ਲੋਕੇਸ਼ਨ ਫੇਰ ਵੀ ਰਾਬਤਾ ਕਰਕੇ ਦੋਸਤ ਲੈ ਸਕਦੇ ਨੇ। ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਗਾਉਂ ਪੀਰੋ ਚੱਕ, ਮੋਤਰਾ ਬੜਿਆਣਾ ਰੋਡ ਦੇ ਉੱਪਰ ਹੈ। ਅਤੇ ਉਮੀਦ ਕਰਦੇ ਹਾਂ ਸਾਰੇ ਦੋਸਤ ਅਹਿਬਾਬ ਖੈਰ ਖੇ ਨਾਲ ਹੋਣਗੇ, ਦੋਸਤ ਇੰਨੀ ਮੁਹੱਬਤ ਕਰਦੇ ਨੇ, ਚਾਹਤ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਕਿੰਨਾ ਤਾਵਨ ਕਰਦੇ ਨੇ, ਵੀਡੀਓ ਨੂੰ ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ, ਕਮੈਂਟ ਕਰਦੇ ਨੇ, ਆਪਣੀ ਰਾਏ ਦਾ ਇਜ਼ਹਾਰ ਕਰਦੇ ਨੇ, ਸਾਰਿਆਂ ਦੋਸਤਾਂ ਦਾ ਦਿਲ ਦੀਆਂ ਗਹਿਰਾਈਆਂ ਦਾ ਸ਼ੁਕਰੀਆ, ਸ਼ੁਕਰੀਆ ਅਦਾ ਨਹੀਂ ਕਰ ਸਕਦੇ ਕਿ ਜਿੰਨੀ ਕੁ ਮੁਹੱਬਤ ਦੋਸਤ ਕਰਦੇ ਨੇ। ਪਿਛਲੀ ਵੀਡੀਓ 9:30 ਵਜੇ ਚੜ੍ਹੀ ਸੀ ਅਤੇ 9:10 ਵੀ ਵੀਡੀਓ ਚੜ੍ਹੀ, ਚੱਲਦੀ ਨਹੀਂ ਹੈ ਫੇਸਬੁੱਕ ਤੇ, ਲੇਟ ਹੋ ਗਈ ਸਾਹਿਬ, ਚੱਲਦੀ ਨਹੀਂ ਹੈ ਇਸ ਗੱਲ ਦੀ ਤੁਸੀਂ ਵੀ ਗਵਾਹੀ ਦਿਓ, ਜਾਨ ਖੁਦਾ ਨੂੰ ਦੇਣੀ ਹੈ ਮੈਨੂੰ ਨਹੀਂ ਦੇਣੀ, ਤੁਸੀਂ ਆਪਣੀ ਕਵਰ 'ਚ ਆਪ ਪੈਣਾ। ਸਾਡੀ ਵੀਡੀਓ ਫਿਰ ਵੀ ਪਿਛਲੀ ਇਹਨਾਂ ਦੋਸਤਾਂ ਭਰਾਵਾਂ ਦੀ ਅਤੇ ਕੋਈ ਇੰਨਾ ਤਾਵਨ ਕਰਦੇ ਨੇ, ਸਾਡੀ ਵੀਡੀਓ ਪਿਛਲੀ ਅੱਜ ਤੋਂ 3-4 ਦਿਨ ਪਹਿਲਾਂ 70-75 ਹਜ਼ਾਰ ਮਾਸ਼ਾਅੱਲਾ ਚੰਗੀ ਚੱਲੀ, ਅਤੇ ਇਹ ਨਹੀਂ ਕਿ ਸਾਡੀ ਹਰ ਵੀਡੀਓ ਚੱਲਦੀ ਹੈ, ਪਿਆਰ ਮੁਹੱਬਤ ਕਰਦੇ ਨੇ ਸਾਰਿਆਂ ਭਰਾਵਾਂ ਦਾ ਸ਼ੁਕਰੀਆ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਨਹੀਂ ਕਰ ਸਕਦੇ, ਅਲਫਾਜ਼ ਨਹੀਂ ਹੈ। ਅੱਜ ਸੇਲ ਮੇਲਾ ਹੀ ਹੈ ਭਾਈ, ਜ਼ਬੀ ਘੁੰਮਣ ਨੇ ਸਾਰਿਆਂ ਨੂੰ, ਅਸਲਾਮ ਅਲੈਕਮ। ਚਲੋ ਜੀ ਸ਼ੌਕ ਕਰੋ, ਅੱਜ ਸੇਲ ਮੇਲਾ ਹੀ ਡੋਗਰ ਸਾਹਿਬ, ਫਰਾਜ਼ ਸਾਹਿਬ ਜਿਹੜੇ ਡੰਗਰ ਦਾ ਰੇਟ ਤੁਹਾਨੂੰ ਨਾ ਪਸੰਦ ਆ ਜੀ, ਫਿਰ ਰੇਟ ਦੀ ਵੀ ਗੱਲ ਦੱਸਾਂਗੇ, ਰੇਟ ਨਾ ਪਸੰਦ ਆ ਇਸ ਤੋਂ ਕਿ ਤੁਸੀਂ ਵੀਡੀਓ ਬਣਾਉਂਦੇ ਹੋ। ਸਭ ਤੋਂ ਵੱਡਾ ਬੈਨੀਫਿਟ ਸਿਆਲਕੋਟ 'ਚ ਆਪਣੇ ਚੁਫੇਰੇ ਵੀਡੀਓ ਬਣਨ ਦਾ, ਸਭ ਤੋਂ ਵੱਡਾ ਬੈਨੀਫਿਟ ਮੈਨੂੰ ਇਸ ਤੋਂ ਕਿ ਛੋਟੀ ਗਾਂ ਅਕਸਰ ਵੀਡੀਓ 'ਤੇ ਵੱਡੀ ਜਾਪਦੀ ਹੈ, ਅਤੇ ਵੱਡੀ ਛੋਟੀ ਜਾਪਦੀ ਵੀਡੀਓ 'ਤੇ ਵੇਖਦੇ ਲੋਕ ਦੋਸਤ ਕੁਛ ਨੇ,
ਮੈਂ ਪਿਛਲੀ ਵੀਡੀਓ 'ਚ ਮੇਰੀਆਂ ਪਿਛਲੀ ਵੀਡੀਓ ਵਾਲੀਆਂ ਗਾਈਆਂ 'ਚ ਦੋ ਗਾਈਆਂ ਰਹਿ ਗਈਆਂ ਨੇ, ਇਹ ਵੀ ਵਿਕੀਆਂ ਸੀ, ਇਹਨਾਂ ਦਾ ਵੀ ਟੋਕਨ ਆਇਆ, ਟੋਕਨ ਵੀ ਮੇਰੀ ਵੀਡੀਓ ਜੇਬ ਦੇ ਵਿੱਚ ਮੌਜੂਦ ਹੈ, ਐਂਡ 'ਤੇ ਮੈਂ ਚੈੱਕ ਕਰਾਵਾਂਗਾ, ਸੇਲ ਹੋਈਆਂ ਬਿਆਨਾਂ ਮੌਜੂਦ। ਮੈਂ ਪਿਛਲੀ ਵੀਡੀਓ ਵਾਲੀਆਂ ਗਾਈਆਂ ਤੋਂ ਇਲਾਵਾ 10,000 ਗਾਈਆਂ ਵੇਚੀਆਂ, ਮਾਸ਼ਾਅੱਲਾ। ਉਹ ਇੰਝ ਵਿਕੀਆਂ ਨੇ ਦੋਸਤ ਭਰਾ, ਵੀਡੀਓ 'ਚ ਫਿਰ ਇਹ ਬਣਦੇ ਨੇ, ਚੰਗੀ ਗਾਂ ਲੈਣ ਆਉਂਦੇ ਨੇ, ਫਿਰ ਅੱਗੋਂ ਵਹਿੰਦੇ ਕੁਛ ਨਹੀਂ ਹੁੰਦਾ ਕੁਛ, ਸਾਡਾ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਇੰਤਜ਼ਾਮ ਚੱਲਿਆ, ਰੋਟੀ ਦੇ ਬੁੜਕੇ ਅੱਲਾ ਤਾਲਾ ਦੀ ਜ਼ਾਤ ਨੇ ਦੇਣੀ, ਬੇਸ਼ੱਕ ਕੋਈ ਕਿਸੇ ਦੇ ਰਿਜ਼ਕ ਦਾ ਦਾਤਾ ਨਹੀਂ ਹੈ। ਗਰੰਟੀ ਦੇ ਨਾਲ 3 ਮਹੀਨੇ ਦੀ ਗੱਭਣ ਗਾਂ ਹੋਏਗੀ, ਆਪਣੇ ਘਰ ਗਈ ਵੀ ਗਾਂ ਕੋ ਪਾਸ ਕਰਾਏ, ਜੇ ਗਾਂ ਫੇਲ ਨਿਕਲੇ ਤਾਂ ਗਾਂ ਸਾਡੀ ਹੋਏਗੀ ਜੀ। ਬਿਹਤਰ ਹੋ ਗਿਆ, ਸ਼ੋਕ ਕਰਾਨੇ ਉਹਦਾ, ਠੀਕ ਹੈ। ਆਓ ਜੀ ਭਾਈ, ਸਬਰ ਲੈ ਕੇ, ਮਾਸ਼ਾਅੱਲਾ ਜੀ, ਟੋਟਲ 7 ਜਾਨਵਰ ਨੇ, ਵੈਟ ਨੰਬਰ 1 ਆ ਗਈ ਹੈ, ਗੱਬਾ ਨੇ ਡੋਗਰ ਸਾਹਿਬ, ਹਾਂਜੀ, ਕਿੰਨਵਾਂ ਸੋਆ ਜੀ ਇਹਦਾ, ਰਾਜ ਸਾਹਿਬ ਦੂਸਰਾ ਸੋਆ, ਮੂੰਹ ਛਿੱਕੀ ਹੈ, 6 ਦਾਂਦੇ ਸੁਆ, ਦੂਸਰਾ ਸੋਣਿਆ, ਮਾਲ ਵੇਖੂ ਗਿਆ ਸੀ ਵੀਡੀਓ ਦੇ ਵਿੱਚ, ਆ ਗਾਂ ਕੱਚੀ ਹੈ, ਤੁਹਾਨੂੰ ਪਤਾ ਵੀਡੀਓ ਦੇ ਵਿੱਚ ਪਾਉਣ ਵਾਲੀ ਨਹੀਂ ਹੈ, ਆ ਬਿਲਕੁਲ ਅਗਲੀ ਵੀਡੀਓ ਦੇ ਵਿੱਚ ਹੋਰ ਹੀ ਨਜ਼ਾਰਾ ਕਰਾਏਗੀ, ਤੇ ਵੇਖੋ ਸਿੰਘ ਕਿੰਜ ਦਾ ਲੱਗਿਆ, ਕਲਿੱਪੀਆਂ ਨੇ ਮਾਸ਼ਾਅੱਲਾ, ਭਾਈਚਾਰਾ ਸਾਹਮਣੇ ਕਰੋ, ਫੁੱਲ ਚੈੱਕ ਕਰਾਓ, ਗੁੱਲ ਵੀ ਅਨੋਖਾ, ਕਾਲੇ ਗੁੱਲ ਲੱਗੇ, ਛੋਟੀਆਂ ਛੋਟੀਆਂ ਸਿੰਗੀਆਂ ਨੇ ਮਾਸ਼ਾਅੱਲਾ ਜੀ, ਸੁਬਾ ਦੂਸਰਾ, 6 ਦਾਂਦੇ ਗੱਬਾ ਨੇ, ਮਾਸ਼ਾਅੱਲਾ ਜੀ, ਹੈ ਵੀ ਸਿਹਤਮੰਦ ਭਾਈ ਖਿਲਾਰੇ ਉੱਥੇ, ਫਿਲਹਾਲ ਕੱਚੀ ਹੈ, ਦਿਨ ਕਿੰਨੇ ਖਿਲਾਰੀ ਹੁੰਦੇ ਕਿਹਾ ਭਰਾ, ਦੋਸਤ ਪਹਿਲਾਂ ਕਰਕੇ ਵੇਚਣੀ ਸੀ, ਦੂਜਿਆਂ ਨੂੰ ਵੇਚੀ ਹੈ, ਦਿਨ ਕਿੰਨੇ ਖਿਲਾਰੀ, 10 ਕਿ ਲਏਗੀ, 10 ਕ ਦਿਨ ਤਕਰੀਬਨ, ਵੇਚ ਹੇ ਲੋਹਲ ਕੇ ਦਿਹਾੜੀ ਤੋਂ ਭਾਈ ਖਿਲਾਰੇ, ਜ਼ਰਾ ਸੁ ਪੈਂਦਾ ਆ, ਜਿਹੜੇ ਦਿਨ ਦੱਸੀ ਦੇ ਕੋ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ, ਸੁਬਾ ਦੂਸਰਾ ਵੇ ਮਾਸ਼ਾਅੱਲਾ ਜੀ, ਸੋਹਣੇ ਕਾਲੇ ਥਣ ਲੱਗੇ ਨੇ, ਚਿਹਰਾ ਵੀ ਦੋਸਤਾਂ ਵੇਖ ਲੈਣਾ, ਟੋਰੇ ਭਾਈ ਜਾਨ, ਕੀ ਨਸਲ ਹੈ ਡੋਗਰ ਸਾਹਿਬ ਦੀ, ਡੱਚ ਤੇ ਚੁਲਸਤਾਨੀ ਕਰਾਸ ਹੈ ਮਾਸ਼ਾਅੱਲਾ ਜੀ, ਗਰਮੀਆਂ ਦਾ ਤੋਹਫਾ ਹੀ ਹੈ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਮੱਝਾਂ ਦਾ ਲੇਖਾ ਚੋੜਾ ਪੁੱਠਾ ਵੇ, ਕੀ ਰੇਟ ਹੈ ਜੀ ਡੋਗਰ ਸਾਹਿਬ, ਵੈਟ ਨੰਬਰ 1 ਦਾ, ਰਾਜ ਸਾਹਿਬ ਕਿਸੇ ਭਰਾ ਦੋਸਤ ਨੂੰ ਪਸੰਦ ਆਏ, ਫਾਈਨਲ ਫਾਈਨਲ ਜਿਹੜਾ ਨਾ, ਵੈੜੀ ਕੱਚੀ ਹੈ ਸਾਡੀ, ਅਗਲੀ ਵੀਡੀਓ ਤੱਕ ਹੋਰ ਰਹੀ, ਇਹਦਾ ਰੇਟ ਹੋਰ ਹੋਏਗਾ, ਤੇ ਜਿੰਜਦੀ ਹੈ, ਅਗਰ ਕੋਈ ਲਾਈਏ, ਕੋਈ ਭਰਾ ਦੋਸਤ ਸੋਹਣਾ ਮਾਲਕ ਉਹਦੇ ਨਸੀਬ ਕਰੇ, ਉਹਨਾਂ ਨੂੰ ਚੁੰਘਣੀ ਨਸੀਬ ਕਰੇ, ਚੋਣੀ ਪੀਣੀ ਨਸੀਬ ਕਰੇ, ਫਾਈਨਲ ਫਾਈਨਲ ਕਿਸੇ ਭਰਾ ਦੋਸਤ ਨੂੰ ਪਸੰਦ ਹੋਈ, 3.5 ਦੀ ਵੈੜੀ ਦੇਵਾਂਗੇ, 3.5, ਹਾਂਜੀ, ਜ਼ਿੰਦਾਬਾਦ, A1 ਹੋ ਗਿਆ ਅੱਜ ਤਾਂ, ਖੜਾ ਕੀ ਕੀਤਾ ਜੇ, ਐਂਡ ਸਿੱਧਾ ਜੀ, ਫਿਰ ਅੱਜ ਸਾਰਾ ਹੀ ਇੰਜੀ ਹੋਏਗਾ ਕੰਮ ਜੀ, ਬਿਹਤਰੀਨ ਹੋ ਗਿਆ ਮਾਸ਼ਾਅੱਲਾ ਜੀ, ਅੱਗੇ ਭਾਈ ਲਿਆਓ ਜੀ, ਨੰਬਰ 2 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ, ਨੰਬਰ 2 ਤੇ ਆ ਗਈ ਹੈ ਮਾਸ਼ਾਅੱਲਾ ਜੀ, ਸਿੰਘ ਵੀ ਹਲਦੇ ਨੇ, ਜ਼ਿੰਦਾਬਾਦ, ਮੀਣੀ ਮਾਸ਼ਾਅੱਲਾ ਜੀ, ਕਰਮ ਵਾਲੀ ਹੈ ਵੀ ਨਸਲੀ, ਟੋਰੇ ਭਾਈ ਜਾਨ, ਗੱਬਾ ਨੇ ਮਾਸ਼ਾਅੱਲਾ ਜੀ, ਸੇਮ ਪ੍ਰਿੰਟ ਵਿੱਚ, ਇੱਕ ਹੀ ਕਲਰ ਹੈ, ਸੁਬਾਹ ਕਿਨਵਾ ਡੋਗਰ ਸਾਹਿਬ ਦਾ, ਜ਼ਿੰਦਾਬਾਦ, ਖਿਲਾਰ ਭਾਈ ਇੱਥੇ ਇਹ ਚੈੱਕ ਕਰਨਾ ਮਾਸ਼ਾਅੱਲਾ ਜੀ, ਪੁੱਠਾ ਦੋਸਤਾਂ ਵੇਖਣਾ, ਕੰਡ ਚੈੱਕ ਕਰਨੀ ਹੈ, ਇਹ ਵੀ ਮੱਝ ਦੀ ਮੱਝ ਹੈ, ਗਾਂ ਦੀ ਗਾਂ, ਪੈਸੇ ਗਾਂ ਦੇ, ਇਹਨਾਂ ਨੂੰ ਨਜ਼ਾਰੇ ਮੱਝ ਦਿਓ, ਜ਼ਿੰਦਾਬਾਦ, ਖਿਲਾਰ ਭਾਈ ਜਾਨ, ਮਾਸ਼ਾਅੱਲਾ ਜੀ, ਆਹ ਚੈੱਕ ਕਰੋ ਜੀ, ਦਿਨ ਕਿੰਨੇ ਕਲੈਰੀ ਡੋਗਰ ਸਾਹਿਬ, ਆਹ ਸਾਹਿਬ ਭਈਏ ਕੋਈ 10-12 ਦਿਨ ਲਏਗੀ, 10 ਤੋਂ 12 ਦਿਨ ਲੈਂਦੀ ਪਈ ਮਾਸ਼ਾਅੱਲਾ ਜੀ, ਲੇਕਿਨ ਪੂਰੀ ਪਹਿਲਵਾਨ ਨਾਮੀ ਗ੍ਰਾਮੀ ਚੀਜ਼ ਹੈ ਭਾਈ ਜਾਨ, ਇੱਥੇ ਜ਼ਰਾ ਲੰਮੀ ਕਰਿਓ, ਰਵੇਲ ਵੀ ਦੋਸਤਾਂ ਚੈੱਕ ਕਰਾਇਓ, ਸਿੰਘ ਤੇ ਭਾਈ ਨਾਲ ਲਾ ਕੇ ਚੈੱਕ ਕਰਾ ਖੜੇ ਨੇ ਮਾਸ਼ਾਅੱਲਾ ਜੀ, ਹੈ ਵੀ ਮੀਣੀ ਹੈ, ਹੁਸਨ ਦੋਸਤਾਂ ਵੇਖ ਲੈਣਾ, ਪੂਰੀ ਕੁਆਲਿਟੀ ਵਿੱਚ, ਸਿਹਤਮੰਦ ਦੇ ਨਸਲ ਕੀ ਡੋਗਰ ਸਾਹਿਬ, ਰਾਜ ਸਾਹਿਬ ਇਹ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ, ਫਰੀਜ਼ੀਅਨ ਤੇ ਚੋਲਸਤਾਨੀ ਮਜ਼ਬੂਤ ਕਰਾਸ ਹੈ, ਗਰਮੀਆਂ ਦਾ ਤੋਹਫਾ ਹੈ, ਬੜਾ ਡਾਡਾ ਕਰਾਸ ਹੈ ਤੇ ਨਸਲ ਬਹੁਤ ਡਾਡੀ ਹੈ, ਲੈ ਚਲੋ ਭਾਈ ਜਾਨ, 2500 ਦੁੱਧ ਦੀ ਸਾਈਆਂ ਗਾਰੰਟੀ ਦਿੱਤੀ ਹੈ ਵੈੜੀ ਦੀ, ਮਾਸ਼ਾਅੱਲਾ ਜੀ, ਜਿਹੜਾ ਕਰਾਸ ਹੈ ਮਜ਼ਬੂਤ ਕਰਾਸ ਹੈ, ਗਰਮੀਆਂ ਦਾ ਤੋਹਫਾ ਹੈ, ਪੁੱਠਾ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦੇ ਆ, ਟੋਰ ਵੀ ਦੋਸਤਾਂ ਵੇਖਣੀ, ਪੂਰੀ ਨਵਾਬ ਚੀਜ਼ ਦੇ, ਦਿਨ ਤਕਰੀਬਨ 10 ਤੋਂ 12 ਲੰਘੀ ਵੀ ਸੁਬਾਹ ਦੂਸਰਾ ਸੋਣਾ ਜੀ, ਡੋਗਰ ਸਾਹਿਬ ਕੀ ਰੇਟ ਹੈ ਜੀ ਵੈੜ ਨੰਬਰ 2 ਦਾ, ਸਾਹਿਬ ਗਾਂ ਮੇਰੀ 6.5 ਲੱਖ ਰੁਪਏ,
ਦੋਸਤਾਂ ਨੂੰ ਸ਼ੌਕ ਤੇ ਕਰਵਾ ਮਾਸ਼ਾਅੱਲਾ ਜੀ, ਇਹ ਚੱਕਰ ਹੋਣਾ ਦੀ ਨਫਾਸਤ ਹੀ ਬੜੀ ਹੈ, ਹੁਸਨ ਬੜਾ ਮਾਸ਼ਾਅੱਲਾ ਜੀ, ਇਹ ਵੀ ਕੱਚੀ ਹੈ ਕਿ 10 12 ਦਿਨ ਲੈਂਦੀ ਹੈ। ਅੱਛਾ, ਤੇ ਗਾਂ ਵਾਹ ਵੀ ਚਾਵਾਂ ਦੇ ਨਾਲ ਲਈ ਹੈ, ਗਾਂ ਦੀ 35 ਕਿਲੋ ਦੁੱਧ ਦੀ ਗਰੰਟੀ ਹੋਏਗੀ, ਕਿਸੇ ਭਰਾ ਦੋਸਤ ਕੋ ਜਿਹਦੇ ਕੋ ਵੀ ਗਈ ਇਹਦੀ 35 ਸਿਰ ਦੁੱਧ ਦੀ ਗਰੰਟੀ ਹੋਏਗੀ। HF ਗਾਂ ਹੈ, ਹੋਲਸਟਨ ਫ੍ਰੀਜ਼ ਹੈ, ਠੀਕ ਹੈ। ਅਗਰ ਗਾਂ ਕਿਸੇ ਦੇ ਘਰ ਗਈ ਧੁੱਪੇ ਬੱਜੀ ਵੀ ਗਰਮੀ ਕਰੇ, ਗਾਂ ਸਾਡੀ ਹੋਏਗੀ। ਮਾਸ਼ਾਅੱਲਾ ਜੀ, ਇਹਦੀ ਕੁਆਲਿਟੀ ਬੜੀ ਹੈ, ਬਰੀਕ ਪਸ਼ਮੇ ਪ੍ਰਿੰਟ ਦੀ ਸ਼ਾਈਨਿੰਗ ਬੜੀ ਹੈ ਮਾਸ਼ਾਅੱਲਾ ਜੀ। ਇਹ ਸਮਝੋ ਕਿ ਦੋਸਤਾਂ ਨੂੰ ਬਸ ਝਲਕੀ ਦਵਾਈ ਹੈ, ਮਸ਼ਹੂਰੀ ਵਾਈ ਹੈ, ਵਾਵੇ ਠਰਕ ਨਾ ਲਈਏ ਗਾਂ ਨੂੰ, ਪੂਰੀ ਪੂਰੀ ਨਵਾਬ ਚੀਜ਼ ਤਿਆਰ ਹੋਏਗੀ ਨਾ, ਗਾਂ ਦਾ 15 ਲੱਖ ਰੁਪਇਆ ਮੁੱਲ ਵੀ ਕੋਈ ਨਹੀਂ ਹੋਏਗਾ। ਇਹਦਾ ਰੇਟ ਦੇਣਾ ਕਿ ਨਹੀਂ ਅਜੇ ਫਰਾਜ਼ ਸਾਹਿਬ? ਇਹ ਨੰਬਰ 3 ਤੇ ਚੈੱਕ ਕਰਾ ਹੜੀਏ, ਬਸ ਸ਼ੋ ਕਰਵਾੜਿਆ, ਤਿਆਰ ਹੋਏ ਦੀ ਤੇ ਦੋਸਤਾਂ ਨੂੰ ਇਨਸ਼ਾਅੱਲਾ ਵੀਡੀਓ 'ਚ ਪਾ ਕੇ ਫਿਰ ਦੱਸਾਂਗੇ ਕਿ ਚੀਜ਼ ਕੀ ਬਣੀ ਹੈ, ਪੂਰੀ ਨਵਾਬ ਚੀਜ਼ ਹੈ। ਵੈਸੇ ਅਗਰ ਕਿਸੇ ਦੋਸਤ ਭਾਈ ਦੀ ਸਮਝ 'ਚ ਆਉਂਦੀ ਹੈ, ਫਿਰ ਵੀ ਡੋਗਰ ਸਾਹਿਬ ਨਾਲ ਰਾਬਤਾ ਕਰ ਸਕਦਾ ਕਿ ਭਾਈ ਜਾਨ ਮਹਾਨੇ ਪਹਿਲਾਂ ਬੱਛਾ ਵਾਹ ਪ੍ਰਕਾਸ਼ ਸਾਹਿਬ, ਬੱਛਾ ਇੱਧਰ ਲਿਆਓ, ਇਹ ਲਿਆਓ ਮਾਸ਼ਾਅੱਲਾ ਜੀ, ਨੰਬਰ 4 ਲਈ ਕੱਢ ਕੇ ਨੈਟ ਦੇ ਵਿੱਚ ਕਰਾਚੀ ਦੇ ਬੱਛੇ ਵੇਖ ਲਓ ਜੇ, 15 ਲੱਖ ਰੁਪਏ ਦਾ ਇਸ ਨੇ ਸੱਲਾ ਬੱਛਾ ਵੇਖਦਾ, ਵੇਖੋ ਪਿੰਕ ਨੂੰ ਹੋ ਜੀ, ਬੰਨ ਵੇਖੋ ਭੋਲੇ ਸਾਹਿਬ ਨੇ ਬੰਨ ਖਿੱਚ ਲਈ ਹੈ, ਨਾਪ ਵੇਖੋ, ਝਾਲਰ ਵੇਖੋ, ਮਾਸ਼ਾਅੱਲਾ ਜੀ ਵੇਖੋ, ਹਾਂ ਇਹ ਹੀ ਕਰਮ ਵਾਲਾ ਕੀ ਨਾਂ ਲੈਂਦਾ ਜਿੰਨੇ ਦੀ ਗਾਂ ਲੈਣੀ ਉਹਨੇ ਦਾ ਹੋਏਗਾ ਜੀ। ਬਿਹਤਰ ਹੋ ਗਿਆ, ਟੋਰਾ ਵਿੱਚ ਸਬਰ ਹੋਏ ਹੋਗੇ ਜ਼ਰਾ, ਵੀਡੀਓ ਕੱਢ ਕੇ ਵੇਖ ਲਿਓ ਜੇ, ਗਾਂ ਦੇ ਬੱਛਾ ਟੋਰਨ ਦੀ ਲੋੜ ਹੀ ਕੋਈ ਨਹੀਂ, ਠੀਕ ਹੈ ਮਾਸ਼ਾਅੱਲਾ ਜੀ। ਇਹ ਪਿਛਲੀ ਵੀਡੀਓ 'ਚ ਇਹ ਮੌਜੂਦ ਸੀ ਅਤੇ ਜਿਹੜੀ ਅੱਗੇ ਹੋਣੀ ਹੈ ਨੰਬਰ 5 ਤੋਂ ਵੀ ਮੌਜੂਦ ਸੀ, ਇਹਦਾ ਸੌਦਾ ਹੋਇਆ ਸੀ, ਬਿਆਨਾ ਵੀ ਆਇਆ ਡੋਗਰ ਸਾਹਿਬ ਨੂੰ, 35,000 ਆਇਆ ਕਿ 1,35,000 ਰੁਪਇਆ ਆਇਆ ਸੀ, ਖਿਲਾ ਰਿਹਾ ਭਾਈ ਜਾਨ ਦੋ ਗਾਵਾਂ ਦਾ, ਆਪ ਹੀ ਭਾਈ ਪਰਲੀ ਸਾਈਡ 'ਤੇ ਹੋਣਾ। 1,35,000 ਰੁਪਇਆ ਟੋਕਨ ਆਸਮ ਮਕਸੂਦ ਖੁਰਮ ਭਾਈ ਨੇ ਭੇਜਿਆ ਸੀ, ਕਰੇ ਜ਼ਰਾ ਇੱਕ ਮਿੰਟ, ਇਹ ਠੀਕ ਭਾਈ ਹੋਰਾਨੇ ਬਿਆਨਾ ਉਹਨਾਂ ਦਾ ਮੇਰੇ ਕੋਲ ਹੀ, ਉਹਨਾਂ ਨਾਲ ਰਾਬਤਾ ਹੋਇਆ ਸੀ, ਸਮਾਰ ਵਾਲੇ ਦਾ ਦਿਨ ਦਾ ਟਾਈਮ ਸੀ, ਗਾਈਆਂ ਉਹਨਾਂ ਲੈਣ ਆਉਣਾ ਸੀ, ਉਹਨਾਂ ਦੀ ਫੌਤਗੀ ਹੋ ਗਈ ਜਿਸ ਵਜ੍ਹਾ ਤੋਂ ਨਹੀਂ ਉਹ ਆ ਸਕੇ, ਉਹਨਾਂ ਨੇ ਕਿਹਾ ਗਾਈਆਂ ਕੀ ਨਾ ਲਈਦਾ, ਦਿਹਾੜੀਆਂ ਵਿਕ ਜਾਣ, ਫਿਰ ਅਸੀਂ ਤੁਹਾਡੇ ਕੋਲ ਇਸੇ ਟੋਕਨ 'ਚ ਹੋਰ ਕੇ ਜਾਨਵਰ ਲੈ ਲਾਂਗੇ, ਨਹੀਂ ਤਾਂ ਕੋਈ 8-10 ਦਿਨ ਸਾਡਾ ਵੇਟ ਕਰੋ। ਚਲੋ ਕੋਈ ਨਹੀਂ, ਲਾਇਆ ਉਹਨਾਂ ਦਾ ਭਾਈ ਫੌਤ ਹੋ ਗਿਆ ਸੀ, ਜਿਸ ਵਜ੍ਹਾ ਤੋਂ ਉਹਨਾਂ ਕਿਹਾ ਕਿ ਗਾਈਆਂ ਰੋਕੋ, ਅਤੇ ਫਰਾਜ਼ ਸਾਹਿਬ ਆਪਣਾ ਇੱਕ ਦੋ ਡੰਗਰ ਸਾਂਭਣਾ ਔਖਾ ਹੁੰਦਾ, ਤਾਂ ਸਾਂਭਣਾ ਜੀ ਉੱਦਾਂ ਦੀਆਂ ਉਹਨਾਂ ਦੀਆਂ ਕਰਕੇ ਵੀ ਚੰਗੀਆਂ ਨਹੀਂ, ਆਪਣੇ ਡੰਗਰਾਂ ਦੇ ਨਾਲ ਹੀ ਸਾਂਭਦਾ ਹੈ, ਪਰ ਸਾਹ ਭਰੀਆਂ ਖੱਲਾਂ ਹੁੰਦੀਆਂ ਨੇ, ਉਹਨਾਂ ਨਾਲ ਹੋਇਆ ਸੀ, ਦੂਜੀ ਵਾਰੀ ਵੀ ਲੈ ਕੇ ਉਹ ਫੇਰ ਹੀ ਦੱਸ, ਇਹ ਕੱਲੀ ਕੱਲੀ ਚੈੱਕ ਕਰਾ ਲਈਏ ਡੋਗਰ ਸਾਹਿਬ, ਜ਼ਰਾ ਤਸੱਲੀ ਨਾਲ ਹੋਈਏ। ਮਾਸ਼ਾਅੱਲਾ ਜੀ, ਨੰਬਰ ਆ ਗਈ 4 ਤੇ, ਨੰਬਰ 4 ਵਾਲੀ ਵੈੜੀ ਕੋ ਠੰਡਾ ਕਰਕੇ ਤਸੱਲਾ ਦੇ ਨਾਲ ਡੱਬਾ ਮਾਰ ਕੇ, ਡੱਬਾ ਮਾਰ ਕੇ ਦੂਜਾ ਦਿਹਾੜਾ ਸੂਈ ਨੂੰ ਹੈ, 25-26 ਕਿਲੋ ਇਹਦਾ ਕੋ ਬੋਲਾ ਹੈ, ਇਹ ਬੋਲੇ ਤੇ ਵੇ ਦੂਸਰਾ ਦਿਨ 25-26 ਕਿਲੋ ਬੋਲਾ ਭਾਈ ਟੋਰਿਆ, ਜ਼ਰਾ ਸੁਬਾ ਦੂਸਰਾ ਡੋਗਰ ਸਾਹਿਬ, ਇਸ ਵੈੜੀ ਦਾ 30-32 ਕਿਲੋ ਦਾ ਪਹਿਲਾਂ ਦਾ ਰਿਕਾਰਡ ਜੇ, ਹੁਣ ਸੁਬਾ ਦੂਸਰਾ ਸੂਈ ਹੈ, ਮਾਸ਼ਾਅੱਲਾ ਦੂਜਾ ਸੂਆ ਜੇ, ਇਹ ਦੂਜਾ ਨੇ ਉਹ ਪਹਿਲਾਂ, ਉਹ ਪਹਿਲਾਂ ਨੇ ਕਾਦਾਵਰ ਦੋ ਭੈਣਾਂ ਨੇ, ਠੀਕ ਹੈ, ਇਹ ਵੈੜੀਆਂ ਵੀ ਅੱਲਾ ਦੇ ਫਜ਼ਲ ਨਾਲ, ਇਸ ਟਾਈਮ ਮੇਰੀਆਂ ਵੈੜੀਆਂ ਦੋਵਾਂ ਕੋਲ ਨਾ 50 ਕਿਲੋ ਦੇ ਰਾਉਂਡ ਪਾਉਂਡ ਜਿਹੜਾ ਦੁੱਧ, ਉਹਦੇ ਕੋਲ ਦੁੱਧ ਹੈ ਤੇ ਇਹਦੇ ਕੋਲ ਬੋਲ ਹੈ, ਇਹ ਬੋਲੇ ਤੇ ਇਹਨਾਂ ਕੋਲ ਡੱਬਾ ਮਾਰ ਕੇ ਤਸੱਲਾ ਦੇ ਨਾਲ 50 ਲੀਟਰ ਦੇ ਰਾਉਂਡ ਪਾਉਂਡ ਜਾਣ ਦਈਆਂ ਨੇ ਦੋ ਕੋਲ, ਦੋਵਾਂ ਹੀ ਵੈੜੀ, ਮਾਸ਼ਾਅੱਲਾ ਜੀ, ਇਹਦਾ ਸੁਆ ਦੂਸਰਾ ਵੀ ਜਿੱਥੇ ਵੀ ਜਾਣਗੇ, ਇੱਕ ਤੇ ਘਰ ਗਿਆ ਵੀ ਦੁੱਧ ਇਹਨਾਂ ਦਾ ਜੇ ਪੀਲਾ ਹੋਏਗਾ, ਆਈਆਂ ਮੇਰੀਆਂ ਹੋਣਗੀਆਂ, ਦੁੱਧ ਫੈਟ ਵਾਲਾ ਹੋਏਗਾ, ਠੀਕ ਹੈ, ਵੀ ਸਫੇਦ ਹੈ, ਵੀ ਸਫੇਦ ਹੋਏ, ਮਾਸ਼ਾਅੱਲਾ ਜੀ, 25-26 ਕਿਲੋ ਬੋਲਾ ਵੇ, 2 ਦਿਨ ਹੋ ਗਏ ਨੇ ਪਿੱਛੇ ਦੇ ਬੱਚਾ ਸੁਬਾ ਦੂਸਰਾ ਸੀ, ਇਹਨਾਂ ਦੇ ਘਰ ਗਈਆਂ ਦੇ ਕਿਸੇ ਗਾਂ ਦੇ ਦੋਵਾਂ ਵੈੜੀਆਂ ਦੇ, ਜੇ ਦੋਵਾਂ ਦੇ ਵੀ ਜਿੰਨੀਆਂ ਵੀ ਨੇ, ਕਿਸੇ ਵੈੜੀ ਦੇ ਗੱਬਨਾਂ ਦੀ ਤੇ ਸੂਈਆਂ ਦੀ, ਚਵਾਪ ਸਮਾ ਕਿਸੇ ਥਣ ਦੇ ਵਿੱਚ, ਘਾਟਾ ਵਾਦਾ ਗੰਢ ਮਰੋੜੀ, ਕਿਸੇ ਗਾਂ ਦੀ ਵੀ ਕੋਈ 19 ਵੀ ਘਰ ਗਈ, ਚਵਾਪ ਸਮਾ ਗੰਢ ਮਰੋੜੀ ਨਾੜ, ਕੋਈ ਵੀ ਕੰਮ ਹੋਏ
ਅਸੀਂ ਗਾਂ ਦਾ ਆਉਣ ਜਾਣ ਦਾ ਕਿਰਾਇਆ ਵੀ ਦਿਆਂਗੇ, ਗਾਂ ਅਸੀਂ ਆਪਣੀ ਵਾਪਸ ਲਵਾਂਗੇ। ਜੀ ਬਿਹਤਰ ਹੋ ਗਿਆ। ਆਉਣ ਜਾਣ ਦਾ ਕਿਰਾਇਆ ਅਸੀਂ ਆਪਣਾ ਦਿਆਂ, ਗਾਂ ਦੇ ਆਉਣ ਜਾਣ ਦਾ ਜਿਹੜਾ ਬੰਦਾ ਹੈਗਾ ਉਹਦੀ ਵੀ ਅਸੀਂ ਨਾਲ ਦਿਹਾੜੀ ਦਿਆਂਗੇ। ਠੀਕ ਹੈ। ਇਹ ਪਹਿਲਾਂ ਨੇ ਮਾਸ਼ਾਅੱਲਾ ਜੀ ਦੋਵੇਂ ਭੈਣਾਂ ਨੇ, ਉਹਦਾ ਸੁਭਾਅ ਦੂਸਰਾ ਸੂਈ ਹੈ, ਇਹ ਸੁਭਾਅ ਪਹਿਲਾਂ ਸੂਈ ਹੈ, ਹਾਈਟ ਦੀ ਚੰਗੀ ਹੈ, ਕੱਦ ਆ ਵਰੇ ਉਹਦੇ ਤੋਂ ਵੀ ਹਾਈਟ ਦੀ ਜ਼ਿਆਦਾ ਵੇ। ਕਿੰਨੇ ਦੰਦ ਹੈ ਡੋਗਰ ਸਾਹਿਬ? ਰਾਜ ਸਾਹਿਬ ਇਹ ਛਿੱਗੀ ਹੁੰਦੇ, 6 ਦੰਦ ਮਾਸ਼ਾਅੱਲਾ ਜੀ। ਜਾ ਕੇ ਪਿੱਛੇ ਬੱਚਾ ਦੇ ਵੀ, ਇਹ ਪਿੱਛੇ ਦੇ ਬੱਚਾ, ਇਹ ਦੁੱਧ ਤੇ ਵੇ ਕਿਦੋਂ ਦੀ ਸੂਈ ਹੈ ਡੋਗਰ ਸਾਹਿਬ, ਕਿੰਨੇ ਦਿਨ ਹੋ ਗਏ? ਮੈਨੂੰ ਅਜੇ ਤਕਰੀਬਨ 8 ਦਿਨ ਹੋ ਗਏ ਜੀ। 8 ਦਿਨ? ਅਲਗਾ ਦੇ ਟੋਰ ਕੇ ਲਿਆਓ। 7-8 ਦਿਨ ਹੋਏ, 7-8 ਦਿਨ ਹੋ ਗਏ। ਠੰਡਾ ਕਰਕੇ 25-26 ਦੇ ਦਿਓ, ਕੋਈ ਦੂਆ ਵੈੜੀ ਹੈ ਯਾਰ, ਚੁਆਈ ਚੁਆਈ ਜਿਹੜਾ ਨਾ 50 ਕਿਲੋ ਤਾਂ ਉਸਦਾ ਹੀ ਹੋਣਾ, ਅਸੀਂ 50 ਕਿਲੋ ਦੱਸਦੇ ਹਾਂ, ਦੂਆ ਵੈੜੀਆਂ ਕੋਈ ਠੰਡਾ ਕਰਕੇ 50 ਲੀਟਰ ਧਾਰ ਹੈ। ਮਾਸ਼ਾਅੱਲਾ ਜੀ, ਇਹਨੂੰ 7-8 ਦਿਨ, 60-65 ਲੀਟਰ ਦੁੱਧ ਕਰਨਗੀਆਂ ਜੀ। ਬਿਹਤਰ ਹੋ ਗਿਆ। ਵੇਖੋ 100 ਸੀਲ ਹੱਦ ਤੋਂ ਬਹੁਤੀਆਂ ਨੇ, ਵੰਗੇ ਢੰਗੇ ਦੀ ਕੋਈ ਜ਼ਰੂਰਤ ਨਹੀਂ। ਤੇ ਵੇਖੋ ਮਾਸ਼ਾਅੱਲਾ ਵੈੜੀ ਕਾਦੀ ਬੜ। ਦੂਜੇ ਸੂਏ ਇੱਧਰ ਗੱਲ ਸੁਣੋ, ਇਹ ਬੰਦੇ ਕਹਿੰਦੇ ਨਹੀਂ, ਦੂਜੇ ਸੂਏ ਜਿਹੜਾ ਵੀ ਭਰਾ ਦੋਸਤ ਲੈ ਕੇ ਜਾਏ ਆ ਵੈੜੀ, 8-9 ਲੱਖ ਦੀ ਵੀ ਨਾ ਦੇਗਾ, 8-9 ਲੱਖ ਦਾ ਗਾਗ ਮੈਂ ਹੋਵਾਂਗਾ। ਇੱਡੇ ਕੱਦ ਵਾਲੀਆਂ ਇੰਜ ਦੀਆਂ ਪਹਿਲਾਂ ਨਾ ਜੰਮਦੀਆਂ ਕਿੱਥੇ? ਹਾਂਜੀ ਗੱਲ ਹੈ ਜੀ, ਸਾਰੀਆਂ ਪਹਿਲਾਂ ਵੈੜਾਂ ਦੀ ਇਹੋ ਜਿਹੀ ਹਾਈਟ ਕਾਦੀ ਨਹੀਂ ਹੁੰਦਾ, 6 ਦੰਦ ਮਾਸ਼ਾਅੱਲਾ ਜੀ, 25 ਕਿਲੋ ਦੁੱਧ ਹੈ ਦੋਵਾਂ ਟਾਈਮਾਂ ਦਾ, ਟੋਟਲ ਬੱਚੇ ਸਮੇਤ ਪਿੱਛੇ ਦੇ ਬੱਚਾ ਵੇ, ਹੁਣ ਜ਼ਰਾ ਇਕੱਠੀਆਂ ਟੋਰ ਮਾਸ਼ਾਅੱਲਾ ਜੀ, ਦੋਸਤਾਂ ਛੋਕਰਾ 50 ਕਿਲੋ ਦੋਵਾਂ ਦਾ ਦੁੱਧ ਦੀ ਗਰੰਟੀ ਮਾਸ਼ਾਅੱਲਾ ਜੀ। ਇਹਦਾ ਸੁਆਦ ਦੂਸਰਾ, ਜਿਹੜੀ ਬਾਈ ਤਸਵਰ ਕੋਲ ਜਿਹੜੀ ਪਰਲੀ ਹੈ ਉਹ ਪਹਿਲਾਂ ਨੇ ਮਾਸ਼ਾਅੱਲਾ ਜੀ, ਵੈੜੀਆਂ ਦਾ ਭਰਾ ਦੇ ਨਾਲ 12 ਲੱਖ ਰੁਪਏ ਦਾ ਸੌਦਾ ਹੈ, 12.5 ਲੱਖ ਰੁਪਇਆ ਦੋਵਾਂ ਦਾ ਫਾਈਨਲ ਯੈਸ ਨੋ ਵਾਲਾ ਮੁੱਲ ਪਾਇਆ ਸੀ। ਠੀਕ ਹੈ। 1,35,000 ਰੁਪਇਆ ਉਹਨਾਂ ਦਾ ਬਿਆਨਾ ਆਇਆ। ਅੱਛਾ। ਉਹਨਾਂ ਕਿਹਾ ਜੀ ਜੇ ਯਾਰ ਤੇਰੀਆਂ ਵਿਕਣ ਅਸੀਂ ਬਿਆਨਾ ਨਹੀਂ ਤੇਰੇ ਕੋਲ ਵਾਪਸ ਮੰਗਾਉਣਾ, ਬਿਆਨਾ ਨਹੀਂ ਤੇਰੇ ਕੋਲ ਵਾਪਸ ਮੰਗਾਉਣਾ, ਜਾਨਵਰ ਉਹਨਾਂ ਜਾਨਵਰ ਹੀ ਲੈਣੇ ਨੇ। ਠੀਕ ਹੈ। ਤੇ ਇੱਕ ਵਪਾਰੀ ਤੇ ਇੰਜ ਕਰਦੇ ਨਾ, ਬਿਆਨੇ ਦਾ ਕੋਈ ਘੰਟਾ ਲੰਘ ਜੇ ਤੇ ਮਗਰੋਂ ਕਹਿੰਦੇ ਨੇ ਜੀ ਟਾਈਮ ਅੱਗੇ ਪਿੱਛੇ ਹੋਈ ਅਸੀਂ ਵੇਚ ਛੱਡੀ ਤੇ ਤੇਰਾ ਬਿਆਨਾ ਗਿਆ, ਬਿਆਨਾ ਵੀ ਨਹੀਂ ਵਾਪਸ ਦਿੰਦੇ, ਇੰਜ ਦੇ ਵੀ ਵਪਾਰੀ ਹੈ ਨਾ ਵਿੱਚੋਂ। ਤੇ ਅਗਰ ਘਰ ਗਈਆਂ ਵੀ ਕਿ ਨਾਲ ਕੋਈ ਵੀ ਦੋਸਤ ਲੈ ਕੇ ਜਾਏ ਦੁੱਧ ਦੇ ਵਿੱਚ 19 ਮੀਰੀ ਵੀ ਹੋਏ ਜਾਂ ਵੈੜੀਆਂ ਦੇ ਵਿੱਚ ਹੋਏ, ਅਸੀਂ ਜ਼ਿੰਮੇਦਾਰ ਹਾਂ। ਤੇ ਉਹਨਾਂ ਦਾ ਬਿਆਨਾ ਲਾਈ ਮੋਰ, ਉਹ ਜਾਨਵਰ ਨਾ ਵੀ ਕੋਈ ਲੈਣ ਨਾ, ਉਹਨਾਂ ਦੀ ਇਹ ਗੱਲ ਪਸੰਦ ਆ ਯਾਰ, ਉਹਨਾਂ ਕਿਹਾ ਬਿਆਨਾ ਨਹੀਂ ਲੈਣਾ, ਜਾਨਵਰ ਤੇਰੇ ਕੋਈ ਲੈਣਾ। ਇੱਕ ਹੋਰ ਗੱਲ, ਜੇ ਉਹਨੇ ਇੰਨੀ ਮੁਹੱਬਤ ਕੀਤੀ ਤੇ ਅਸੀਂ ਵੀ ਕਰਦੇ ਹਾਂ ਇਨਸ਼ਾਅੱਲਾ। ਜਾਨਵਰ ਕੋਈ ਵੀ ਨਾ ਲਵੋਗੇ, ਵੀਡੀਓ ਤੇ ਭਾਈ ਗੁਰਮ ਤੋਂ ਵੇਖਣੀ ਹੈ, ਜਾਨਵਰ ਕੋਈ ਵੀ ਨਾ ਲਵੋਗੇ, ਤੁਸੀਂ ਆਪਣਾ 1-35 ਜਦੋਂ ਮਰਜ਼ੀ ਮੰਗਾ ਲਓ। ਅਮਾ ਉਹਨਾਂ ਦੇ ਜਿਉਣਾ ਫਿਰ ਜ਼ਿੰਦਾਬਾਦ। ਲਾਈ ਮੋਰ ਫਰਾਜ਼ ਸਾਹਿਬ, 1-35 ਕਿੰਨਾ ਚਿਰ ਰੱਖ ਲੈਣਾ ਜਾਂ ਕਿੰਨਾ ਚਿਰ ਖਾਣਾ ਜਾਂ ਉਹਨਾਂ ਤੋਂ ਅਸੀਂ ਮੱਲ ਛੱਤ ਲੈਣਾ। ਬਿਲਕੁਲ ਜੀ, ਨਾ ਸਾਡੇ ਅਗਲੇ ਢਾਈ ਆਣੇ ਨੇ ਤੇ ਨਾ ਅਸੀਂ ਹੋਰ ਛੱਤ ਲੈਣਾ ਉਸ 1-35 ਜੀ। ਬਿਹਤਰੀਨ ਹੋ ਗਿਆ ਬਾਈ ਟੋਰ ਲੰਮੀਆਂ ਮਾਸ਼ਾਅੱਲਾ ਜੀ, ਨੰਬਰ 4 ਤੇ ਨੰਬਰ 5 ਤੇ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਜੀ। ਇੱਕ ਪਹਿਲਾਂ ਨੇ, ਇੱਕ ਸੁਆਹ ਦੂਸਰਾ ਸੂਈ ਹੈ, ਦੁੱਧ ਦੋਵਾਂ ਕੋਲ 50 ਕਿਲੋ ਦੀ ਗਰੰਟੀ ਹੈ। ਨਸਲ ਕੀ ਡੋਗਰ ਸਾਹਿਬ ਇਹਨਾਂ ਦੀ? ਬਾਰਾਂ ਲੱਖ ਦੋਵਾਂ ਦਾ, ਤੇ ਅਗਰ ਕਿਸੇ ਨੇ ਕੱਲੀ ਕੱਲੀ ਲੈਣੀ ਹੋਏ ਤੇ? ਕੱਲੀ ਲੈਣੀ ਹੋਏ ਦੀ। ਠੀਕ ਹੈ, ਦੋਵਾਂ ਦਾ 12 ਲੱਖ ਹੈ ਮਾਸ਼ਾਅੱਲਾ ਜੀ। ਨੰਬਰ 4 ਤੇ ਨੰਬਰ 5 ਵਾਲੀ, ਪਿਛਲੀ ਵੀਡੀਓ ਚ ਇਹਨਾਂ ਦਾ ਰੇਟ ਲਗਾ ਸੀ 12.5 ਲੱਖ। ਸਭ ਕੁਛ ਖਾਂਗੜ ਵੀ ਅਸਲੀ ਤੇ ਨਸਲੀ 3 ਮਹੀਨੇ ਦੀ ਕਨਫਰਮ ਗੱਬਣ ਜਿੱਦਣ ਤਿਆਰ ਹੋਏਗੀ। ਵੇਖੋ ਇੰਜ ਦੇ ਸਾਰੀਆਂ ਗਾਈਆਂ ਬ੍ਰਾਂਡ ਕਾਨੀ ਛੋਟੇ ਮਾਸ਼ਾਅੱਲਾ ਜੀ, ਸਾਮਤ ਵੱਡੀ। ਨਤੀਜਾ ਸੁਣਾ ਗਾਂ, ਜਿੱਦਣ ਤਿਆਰ ਹੋਏਗੀ ਜਿਹੜਾ ਭਰਾ ਦੋਸਤ ਖੜੇਗਾ ਗਾਂ 10 ਲੱਖ ਦੀ ਵੀ ਨਾ ਵੇਚੇਗਾ। ਸੁਭਾਅ ਤੀਸਰਾ ਸੁਣਾ ਅੱਗੋਂ, ਹੁਣ ਤੀਜਾ ਦੂਜਾ ਸੂਈ ਅੱਗੋਂ ਤੀਜਾ ਸੁਣਾ। ਦੁੱਧ ਕਿੰਨਾ ਡੋਗਰ ਸਾਹਿਬ? 10 ਲੱਖ ਦੀ ਵੀ ਨਾ ਦੇਗਾ ਗਾਂ ਮੇਰੀ ਕੋ ਠੰਡਾ ਕਰਕੇ ਡੱਬਾ ਮਾਰ ਕੇ ਇਧਰ ਇਧਰ ਵੇਖੋ ਗਾਂ ਹੱਕੀ ਸੱਚੀ ਸਵੇਰੇ 5 ਵਜੇ ਦੀ ਚੋਈ ਜੇ, 5 ਵਜੇ ਦੀ ਹੱਕੀ ਸੱਚੀ ਚੋਈ ਜੇ, ਕੋਈ ਟਾਈਮ ਨਹੀਂ ਲੱਗਾ ਮੇਰੀ ਗਾਂ ਕੋ ਕਿਸੇ ਦੇ ਘਰ ਜਾ ਕੇ ਵੀ 18 ਸਿਰ ਦੁੱਧ ਹੋਏ।
ਜਿਹੜੀ ਕਿ ਨਾ ਲਈਦਾ ਨਾ ਗਾਂ ਕੋਈ ਵਾਪਸ ਘੱਲੇ ਨਾ ਘੱਲੇ ਤੇ ਗਾਂ ਦੀ ਰਕਮ ਫਰੀ ਗਾਂ ਫਰੀ ਦੇ ਦਿਆਂਗਾ 18-19 ਹੋਏਗਾ ਜੇ ਮੇਰੀ ਗਾਂ ਕੋ 18 ਸਿਰ ਤੋਂ ਇੱਕ ਪਾ ਜਿਹੜੇ ਕਹਿੰਦੇ ਨਾ ਜਗ੍ਹਾ ਦੀ ਚੇਂਜਿੰਗ ਇੱਕ ਪਾ ਦਾ ਵੀ ਕਿਸੇ ਘਰ ਦੇ ਜਾ ਕੇ ਅੱਗਾ ਪਿੱਛੇ ਹੋਈਏ ਮੈਂ ਗਾਂ ਫਰੀ ਦਿਆਂਗਾ ਬੜੀ ਵੱਡੀ ਗੱਲ ਹੈ ਮੇਰਾ ਜਿਹੜਾ ਬਿਆਨ ਰਿਕਾਰਡ ਕਰ ਦਿਓ ਜਿਹੜਾ ਭਰਾ ਦੋਸਤ ਲਏਗਾ ਜੀ ਮਿੱਤਰੋ ਗਿਆ ਇੱਕ ਹੋਰ ਗੱਲ ਦੱਸਣ ਲੱਗਾ ਪਿਛਲੀ ਵਾਰੀ ਵੀ 2-3 ਵੀਡੀਓ ਹੋਈਆਂ ਕੋਈ ਨਾ ਕੋਈ ਡੰਗਰ ਗੱਬਣ ਪੈਂਦਾ ਭਰਾ ਕਹਿੰਦੇ ਨੇ ਯਾਰ ਤੁਹਾਡੀ ਵੀਡੀਓ ਚੜੀ ਸੀ ਵੇਖ ਵੀ ਗਿਆ ਇਹ ਭਾਅ ਜੀ ਬਿਆਨੇ ਆਉਣ ਵਾਲੀ ਗੱਲ ਹੁੰਦੀ ਹੈ ਜਿਹੜਾ ਟਿਕਟਾਂ ਦੀ ਸੇਲ ਹੋਣੀ ਨਾਲ ਕੋਈ ਗੱਬਣੇ ਨਾ ਹੁੰਦੀਆਂ ਨੇ ਤੇ ਅੱਲਾ ਦੇ ਫਜ਼ਲ ਨਾਲ ਪਿਛਲੀ ਵਾਰੀ ਵੀ ਜਿਹੜਾ ਮਾਲ ਸੀ ਨਾ ਸਾਰਿਆਂ ਡੰਗਰਾਂ ਦੇ ਉਸੇ ਦੇ ਨਹੀਂ ਬਿਆਨੇ ਆ ਗਏ ਹਨ ਮਾਸ਼ਾਅੱਲਾ ਅਲਹਮਦੁਲਿਲਾ ਅੱਲਾ ਦਾ ਬੜਾ ਸ਼ੁਕਰ ਹੈ ਸੋਹਣੇ ਮਾਲਕ ਬੜਾ ਹੀ ਨਵਾਜ਼ਿਆ ਜ਼ਿੰਦਾਬਾਦ ਅਸੀਂ ਅਦਾ ਨਹੀਂ ਉਹਦਾ ਸ਼ੁਕਰ ਕਰ ਸਕਦੇ ਕਿੰਨਾ ਕੁ ਸੋਹਣੇ ਮਾਲਕ ਦਾ ਕਰਮ ਹੈ ਸਾਡੇ ਤੇ ਸ਼ੁਕਰ ਨਹੀਂ ਅਦਾ ਕਰ ਸਕਦੇ ਇੰਨਾ ਕੁ ਮਾਲਕ ਨੇ ਕਰਮ ਕੀਤਾ ਜੀ ਗਾਂ ਗਾਂ ਦਾ ਬੱਚਾ ਹੋਏਗੀ ਮਾਸ਼ਾਅੱਲਾ ਜੀ ਹੈ ਵੀ ਮੋਨੀ ਹੈ ਜੀ ਸਾਮਤ ਵੱਡੀ ਹੈ ਕੰਨ ਛੋਟੇ ਨੇ ਸੁਬਾ ਦੂਸਰਾ ਸੂਈ ਹੈ ਖਾਂਗੜ ਹੈ ਦੁੱਧ 18 ਕਿਲੋ ਵੀ ਅੱਗੂ 3 ਮਹੀਨੇ ਦੀ ਕਨਫਰਮ ਗੱਬਣ ਹੈ ਚੁਆਈ ਕਿ ਨਹੀਂ ਕਰਦੇ ਡੋਗਰ ਸਾਹਿਬ ਜੀ ਫਰਾਸਾ ਪਹਾੜੇ ਦੇ ਉੱਤੇ ਇਹਨੂੰ ਇੱਕ ਹੋਰ ਗੱਲ ਹੈ ਜੀ ਜੀ ਗਾਂ ਦੇ ਤਾਂ 10 ਵਾਰੀ ਭਾਵੇਂ ਬਿਓ ਜੇ ਗਾਂ ਹੀ ਲੈਗੀ ਨਹੀਂ ਨਸਲਾਂ ਨੂੰ ਸ਼ਰਮਾ ਸਾਲ ਨੇ ਸ਼ਰਮਾਂ ਹੁੰਦੀਆਂ ਨੇ ਪਹਾੜਾ ਵੀ ਨਹੀਂ ਪਾਣਾ ਕਿਤੇ ਜਿੱਥੇ ਮਰਜ਼ੀ ਬੰਨ ਕੇ ਦਿਹਾੜੀ ਦੇ ਵਿੱਚ 10 ਵਜੇ ਬਰਗਾਰ ਘੜਵੀ ਲਿਆਈ 10 ਵਾਰੀ ਵੀ ਅਸੀਂ ਖਾਂਗੜ ਥੱਲੇ ਬਹਵਾਂਗੇ ਨਾ ਇਹਨੂੰ ਹਾਈਲਾਈਟ ਤੇ ਭਾਵੇਂ ਲਾ ਲਿਓ ਜੇ ਵੇਖਣਾ ਵੀਡੀਓ ਜਲਦੀ ਇਹ ਗਾਂ ਦੇ ਥੱਲੇ 10 ਵਾਰੀ ਵੀ ਕੋਈ ਭਰਾ ਪਏਗਾ ਤੇ ਗਾਂ ਲੱਤ ਨਹੀਂ ਪੁੱਟਣ ਲੱਗੀ ਤੇ ਜੇ ਗਾਂ ਭਰਾਵਾਂ ਨੂੰ ਦੂਜੀਆਂ ਪਸੰਦ ਆਉਣੀਆਂ ਨੇ ਨਹੀਂ ਆਉਣੀਆਂ ਇਹ ਗਾਂ ਪਸੰਦ ਆ ਤੇ ਭਰਾ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਵੇਖੋ ਹਾਂ ਨਸਲ ਵੇਖੋ ਖੁਰਲੀ ਦੀ ਮਾਰ ਪਾੜਾ ਛੱਡ ਦੇ ਪਾਏਗੇ ਵੇਖੋ ਜਰਾ ਵੇਖੋ ਹਾਂ ਇਹ ਚੈੱਕ ਕਰ ਲਓ ਜੀ ਖੁਰਲੀ ਹਾਲੀ ਤਕਰੀਬਨ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਇਹ ਵੇਖਾਂਗੜ ਅਸਲੀ ਤੇ ਨਸਲੀ ਹੁੰਦੀਆਂ ਜੇ ਜ਼ਿੰਦਾਬਾਦ ਖਾਂਗੜ ਅਸਲੀ ਤੇ ਨਸਲੀ ਨਾ ਪਹਾੜਾ ਪਾਣ ਦੀ ਜ਼ਰੂਰਤ ਹੈ ਨਾ ਵੰਗਾ ਲਾਉਣ ਦੀ ਜ਼ਰੂਰਤ ਹੈ ਚੇਂਜ ਦਾ ਲੱਗਾ ਮਾਸ਼ਾਅੱਲਾ ਜੀ ਨਾਲੇ ਪਸਮਿਤ ਨਹੀਂ ਹੈ ਕੋਈ ਬਿਲਕੁਲ ਟੱਕੀ ਟੁੱਕੀ ਕੋ ਨਹੀਂ ਹੈ ਸਵੇਰ 5 ਵਿੱਚ ਆਈ ਹੋਈ ਹੈ ਕੋਈ ਟੱਕੀ ਜੱਕੀ ਨਹੀਂ ਇੱਕ ਮਿੰਟੀ ਬਣ ਪਸਮ ਆਣੀ ਹੈ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਵੇਖੋ ਹਾਂ ਕਰਮ ਵਾਲੀ ਦਾ ਫਿਰ ਵੇ ਦੁੱਧ ਵੀ ਚਿੱਟਾ ਤੇ ਕਨਫਰਮ ਡਾਕਟਰ ਦੀ ਪਾਸ ਕਰਾ ਕੇ 3 ਮਹੀਨਿਆਂ ਦੀ ਗੱਬਣ ਦੀ ਇਹ ਮਈ ਹੈ ਮਈ ਗਾਂ ਨਹੀਂ ਕੀ ਰੇਟ ਡੋਗਰ ਸਾਹਿਬ ਦਾ ਰਾਜ ਸਾਹਿਬ ਗਾਂ ਦਾ ਮੁੱਲ ਤੇ ਵੇ 6 ਲੱਖ ਰੁਪਈਆ ਕਾਂਗੜ ਹੈ ਜਿੱਦਣ ਤਿਆਰ ਹੋਈ ਜਿਹੜੇ ਭਰਾ ਖੜਨੀ 10 ਲੱਖ ਦੀ ਵੀ ਨਹੀਂ ਦੇਣੀ ਫਾਈਨਲ ਫਾਈਨਲ ਹਾਂ ਤੇ ਨਾ 3,40,000 ਰੁਪਏ ਦੀ ਗਾਂ ਦੇਣੀ 3,40,000 ਜਿਹੜੇ ਭਰਾ ਦੋਸਤ ਨੂੰ ਪਸੰਦ ਹੋਈ ਫਾਈਨਲ ਫਾਈਨਲ 3,40,000 ਦੀ ਗਾਂ ਦੇ ਜੀ ਬਿਹਤਰ ਹੋ ਗਿਆ ਬਾਈ ਲਿਆਓ ਜੀ ਬੱਚੀ ਵੀ ਲਿਆਓ ਕੀਮਤ 3,40 ਨੰਬਰ 6 ਤੇ ਚੈੱਕ ਕਰਾਈਏ ਖਾਂਗੜ 17-18 ਕਿਲੋ ਦੁੱਧ 3 ਮਹੀਨੇ ਦੇ ਕੋਈ ਗੱਬਣ ਕੀਮਤ 3,40 ਬਾਈ ਸਬਰ ਲਿਆਓ ਜੀ ਬੱਚੀ ਪ੍ਰਕਾਸ਼ ਸਾਹਿਬ ਲੈ ਚਲੋ ਉੱਥੇ ਬੱਚੀ ਗੋਲੀ ਲੈ ਚਲੋ ਆਓ ਜੀ ਬਾਈ ਲਿਆਓ ਬੱਚੀ ਇਹ ਮਾਸ਼ਾਅੱਲਾ ਜੀ ਖੀਰੀ ਬੱਚੀ ਹੈ ਬਾਈ ਸਬਰ ਸਾਹਿਬ ਜ਼ਰਾ ਤੂੰ ਅੱਜੋ ਅੱਗੇ ਕਰੋ ਤੁਸੀਂ ਇਹ ਮਾਸ਼ਾਅੱਲਾ ਜੀ ਖੀਰੀ ਬੱਚੀ ਹੈ ਸਾਡੀ ਠੀਕ ਹੈ ਥਾਣੀ ਮੇਰੇ ਨਾਲ ਕਾਲੇ ਨੇ ਕਾਲੇ ਜੀ ਵੇਖੋ ਵੇਖੋ ਚੱਲ ਹੋਣੀ ਥੱਲੇ ਗਾਈਆਂ ਜਿਹੜੇ ਚੱਡਾ ਹੋਣ ਆਮ ਬਪਾਰ ਜਣੀਆਂ ਗਾਈਆਂ ਜਿਹੜੀ ਚੱਡੀ ਹੋਣੀ ਹੈ ਸਾਡੀ ਵੱਛੀ ਤਾਂ ਕੀ ਰੇਟ ਹੈ ਡੋਗਰ ਸਾਹਿਬ ਸਾਹਿਬ ਫਾਈਨਲ ਹਾਂ ਤੇ ਨਾ ਕਿਸੇ ਭਰਾ ਦੋਸਤ ਨੂੰ ਪਸੰਦ ਹੋਈ 60,000 ਦੀ ਵੱਛੀ ਦੇਾਂਗੇ ਧਮਾਕੇ ਹੋਏ ਨੇ ਕਿ ਨਹੀਂ ਹੋਏ ਖੜਾਕ ਹੋ ਗਏ ਨੇ ਧਮਾਕੇ ਹੋ ਗਏ ਨੇ ਕੀ ਹਾਂ ਖੁਦ ਕੁਛ ਨਹੀਂ ਹੋਏ ਖੁਦ ਕੁਛ
ਅਸੀਂ ਅੱਜ ਬੰਬ ਹੀ ਚੱਲਣਗੇ ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ ਗਲਤੀ ਕਿਤਾਈ ਹੋ ਰਹੀ ਮਾਜ਼ਰਤ ਇੰਨੇ ਜੇ ਦੋਸਤਾਂ ਕੋ ਇਜਾਜ਼ਤ ਲੈਨੇ ਆ ਓਕੇ ਅੱਲਾ ਹਾਫਿਜ਼ ਭਾਈ ਜੀ ਪੈਗਾਮ ਲੱਗਦੇ ਨੇ ਲੋ ਪਾ ਜੀ ਕੀ ਹਾਲ ਬਾਈ ਠੀਕ ਹੋ ਠੀਕ ਠਾਕ ਸ਼ੁਕਰ ਅੱਲਾ ਦਾ ਹੋਰ ਸਭ ਹੈਰੀਏ ਤੇ ਆਈਏ ਚੱਸ ਏਵਨ ਜਨਾਬ ਕੀ ਪੈਗਾਮ ਹੈ ਕੋ ਦੋਸਤਾਂ ਵਾਸਤੇ ਦੋਸਤਾਂ ਵਾਸਤੇ ਇਹ ਪੈਗਾਮ ਹੈ ਕਿ ਸਾਡੇ ਵੀਰ ਦਾ ਮਾਲ ਬ੍ਰਾਂਡ ਹੈ ਸਾਡੇ ਮਾਲ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੋ ਸਕਦੀ ਜ਼ਿੰਦਾਬਾਦ ਮਿਹਰਬਾਨੀ ਜਨਾਬ ਬਹੁਤ ਸ਼ੁਕਰੀਆ ਜੀ ਇੰਨਾ ਹੀ ਬੜਾ ਅੱਜ ਪਹਿਲੀ ਵੀਡੀਓ ਦੇ ਪੈਗਾਮ ਤੁਹਾਨੂੰ ਦਿੱਤਾ ਅੱਜ ਆਪਦੇ ਚੰਨੇ ਆ ਅੱਲਾ ਹਾਫਿਜ਼